ਸਤਿ ਸ਼੍ਰੀ ਅਕਾਲ ਮੈਂ ਜਸਵਿੰਦਰ ਪਾਲ ਚੈਨਸ਼ਾਨ ਪੰਜਾਬੀ ਤੁਹਾਡਾ ਸਵਾਗਤ ਹੈ। ਤੁਹਾਨੂੰ ਦੱਸ ਦਿੰਦਾ ਪੰਜਾਬ ਵਿਧਾਨ ਸਭਾ 'ਚ ਜਿੱਥੇ ਪੰਜਾਬ ਦੇ ਹਾਲਾਤਾਂ ਬਾਰੇ ਵਿਰੋਧੀ ਧਿਰ ਚਿੰਤਾ ਨਜ਼ਰ ਕਰ ਰਹੀ ਹੈ ਉੱਥੇ ਸਵਾਲ ਵੀ ਉੱਠਣੇ ਸ਼ੁਰੂ ਹੋ ਗਏ ਨੇ ਕਿਉਂਕਿ ਸੁਲਤਾਨਪੁਰ ਲੋਧੀ ਵਿੱਚ ਪੰਜਾਬ ਪੁਲਿਸ ਵੱਲੋਂ ਪੱਤਰਕਾਰਾਂ 'ਤੇ ਹਮਲਾ ਕੀਤਾ ਜਿਸ ਤੋਂ ਬਾਅਦ ਸਿਆਸਤ ਗਰਮ ਹੋ ਜਾਂਦੀ ਹੈ। ਤੁਹਾਨੂੰ ਦੱਸ ਦਿੰਦੇ ਸਿਆਸਤ ਪੱਤਰਕਾਰਤਾ ਦੀ ਹੈ ਅਤੇ ਇਸ ਵਿੱਚ ਪੰਜਾਬ ਪ੍ਰੈਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਵੀ ਡਟ ਕੇ ਮੈਦਾਨ 'ਚ ਆ ਜਾਂਦੇ ਨੇ। ਉੱਧਰ ਜੇ ਗੱਲ ਕੀਤੀ ਜਾਵੇ ਤਾਂ ਆਲ ਇੰਡੀਆ ਪੱਤਰਕਾਰ ਯੂਨੀਅਨ ਵੀ ਮੈਦਾਨ ਵਿੱਚ ਆ ਜਾਂਦੀ ਹੈ ਅਤੇ ਪ੍ਰੈਸ ਕੌਂਸਲ ਆਫ ਇੰਡੀਆ ਤੱਕ ਇਹ ਮਾਮਲਾ ਪੁੱਜ ਜਾਂਦਾ ਅਤੇ ਦੋਸ਼ੀਆਂ ਖਿਲਾਫ਼ ਹੁਣ ਕਾਰਵਾਈ ਕਰਨ ਦੀ ਮੰਗ ਵੀ ਜ਼ੋਰਾਂ 'ਤੇ ਲੈ ਰਹੀ ਹੈ। ਤੁਹਾਨੂੰ ਦੱਸ ਦਿੰਦੇ ਇਸ ਸਮੇਂ ਜਿਹੜਾ ਟਕਰਾਅ ਬਣਿਆ ਹੋਇਆ ਇਸ ਨੂੰ ਲੈ ਕੇ ਪੰਜਾਬ ਪੁਲਿਸ ਘਿਰਦੀ ਜਾ ਰਹੀ ਹੈ ਕਿਉਂਕਿ ਪੱਤਰਕਾਰਾਂ 'ਤੇ ਜਿਹੜਾ ਹਮਲਾ ਹੋਇਆ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਪੱਤਰਕਾਰਾਂ ਦਾ ਕੰਮ ਹੁੰਦਾ ਹੈ ਲੋਕਾਂ ਤੱਕ ਸਾਫ਼ ਅਤੇ ਸੁਚੱਜੀ ਚੀਜ਼ ਲੈ ਕੇ ਸਾਹਮਣੇ ਆਉਣਾ। ਪਰੰਤੂ ਪੰਜਾਬ ਪੁਲਿਸ ਉਹਨਾਂ ਪੁਰਾਣੇ ਦਿਨਾਂ ਨੂੰ ਯਾਦ ਕਰਕੇ ਲੋਕਾਂ ਨੂੰ ਵਰਤਾਅ ਕਰਦੀ ਨਜ਼ਰ ਆ ਰਹੀ ਹੈ। ਹਿਊਮਨ ਰਾਈਟਸ ਦੀਆਂ ਸਾਰੀਆਂ ਹੱਦਾਂ ਪਾਰ ਕਰ ਜਾਂਦਾ ਜਦੋਂ ਕਿ ਜੇ ਮਾਮਲਾ ਜਦਕਿ ਪੀ ਟੀ ਸੀ ਦੇ ਪੱਤਰਕਾਰ ਚੰਜੀ ਢਿੱਲੋਂ ਦਾ ਪੁਲਿਸ ਦੇ ਤਸ਼ੱਦਦ ਨੂੰ ਕੰਨਾਂ 'ਤੇ ਪਰਦਾ ਪਾਟ ਗਿਆ। ਕੈਮਰਾਮੈਨ ਸੋਹਣ ਮਹਿਨ ਦੇ ਹੱਥ ਦੀਆਂ ਦੋ ਉਂਗਲਾਂ ਤੋੜ ਦਿੱਤੀਆਂ ਗਈਆਂ। ਇੰਨਾ ਤਸ਼ੱਦਦ ਕੀਤਾ ਗਿਆ ਪੁਲਿਸ ਵੱਲੋਂ ਜਿਸ ਨੂੰ ਲੈ ਕੇ ਹੁਣ ਰਾਜਨੀਤੀ ਪੱਤਰਕਾਰਤਾ ਦੀ ਭੱਗ ਗਈ ਅਤੇ ਸਿਆਸਤ ਦਲ ਵੀ ਮਗਰ ਆਉਣ ਲੱਗ ਗਏ ਨੇ। ਇਸ ਬਾਰੇ ਕੀ ਕਹਿੰਦੇ ਨੇ ਜਲੰਧਰ ਪ੍ਰੈਸ ਕਲੱਬ ਦੇ ਪ੍ਰਧਾਨ ਅਤੇ ਆਲ ਇੰਡੀਆ ਪੱਤਰਕਾਰ ਯੂਨੀਅਨ ਦੇ ਮੈਂਬਰਸ, ਤੁਸੀਂ ਆਪ ਹੀ ਸੁਣ ਲਓ ਇਹਨਾਂ ਨਾਲ ਕੀ ਕਹਿਣਾ। ਲੋਧੀ ਦੇ ਵਿੱਚ ਜਿਹੜੀ ਘਟਨਾ ਵਾਪਰੀ ਸੀ ਉਸ ਦੌਰਾਨ ਕਵਰੇਜ ਕਰ ਰਹੇ ਜਾਣੀ ਕਿ ਪੱਤਰਕਾਰਾਂ ਦੇ ਉੱਪਰ ਕੈਮਰਾਮੈਨ ਦੇ ਉੱਪਰ ਜੋ ਤਸ਼ੱਦਦ ਪੰਜਾਬ ਪੁਲਿਸ ਨੇ ਕੀਤਾ ਉਹ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ। ਹੁਣ ਵੀ ਜਿਹੜਾ ਚਰਨਜੀਤ ਪੀ ਟੀ ਸੀ ਦਾ ਪੱਤਰਕਾਰ ਹੈਗਾ ਉਹਦੇ ਕੰਨ ਦੇ ਉੱਤੇ ਜਿੱਦਾਂ ਮਾਰਿਆ ਗਿਆ ਪੁਲਿਸ ਵੱਲੋਂ ਉਹਦੇ ਦੋ ਥਾਂ ਤੋਂ ਜਿਹੜਾ ਪਰਦਾ ਆ ਉਹ ਫਟ ਗਿਆ ਅਤੇ ਹੋਰ ਵੀ ਉਹਦੇ ਸੱਟਾਂ ਲੱਗੀਆਂ ਨੇ। ਇਹ ਬਰਬਰਤਾ ਜਿਹੜੀ ਪੰਜਾਬ ਪੁਲਿਸ ਨੇ ਵਰਤੀ ਆ ਇਹਦੀ ਅਸੀਂ ਜ਼ੋਰਦਾਰ ਨਿੰਦਾ ਕਰਦੇ ਹਾਂ ਅਤੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਵੱਲੋਂ, ਮੈਂ ਉਹਦਾ ਸਕੱਤਰ ਜਨਰਲ ਹਾਂ, ਨਿੰਦਾ ਕਰਦੇ ਹਾਂ ਅਤੇ ਮੰਗ ਕਰਦੇ ਹਾਂ ਕਿ ਦੋਸ਼ੀ ਪੁਲਿਸ ਵਾਲੇ ਦੇ ਵਿਰੁੱਧ ਮਾਮਲਾ ਦਰਜ ਕੀਤਾ ਜਾਵੇ ਅਤੇ ਉਹਦੇ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਗੱਲ ਦਾ ਰੋਸ ਜਿਹੜਾ ਆ ਉਹ ਸਮੁੱਚੇ ਪੱਤਰਕਾਰ ਭਾਈਚਾਰੇ ਦੇ ਵਿੱਚ ਹੈਗਾ। ਅਸੀਂ ਇਹਦੀ ਸ਼ਿਕਾਇਤ ਜਿਹੜੀ ਹੈ ਪ੍ਰੈਸ ਕੌਂਸਲ ਆਫ ਇੰਡੀਆ ਨੂੰ ਵੀ ਕਰ ਦਿੱਤੀ ਹੈਗੀ ਆ ਅਤੇ ਅੱਗੋਂ ਵੀ ਜਿੱਥੇ ਕਾਰਵਾਈ ਕਰਨ ਦੀ ਲੋੜ ਪਈ ਉੱਥੇ ਅਸੀਂ ਕਰਾਂਗੇ ਕਿਉਂਕਿ ਜਦੋਂ ਵੀ ਕੋਈ ਘਟਨਾ ਵਾਪਰਦੀ ਆ ਜੇ ਪੁਲਿਸ ਆਪਣਾ ਕੰਮ ਕਰ ਲਈ ਹੁੰਦੀ ਆ ਉੱਥੇ ਪੱਤਰਕਾਰ ਵੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹੁੰਦੇ ਆ। ਕਦੇ ਵੀ ਤੁਸੀਂ ਵੱਡੀਆਂ ਤੋਂ ਵੱਡੀਆਂ ਘਟਨਾਵਾਂ ਦੇਖ ਲਓ, ਕਦੇ ਵੀ ਕਿਸੇ ਪੱਤਰਕਾਰ ਨੇ ਇੱਦਾਂ ਦੀ ਪਹਿਲਕਦਮੀ ਨਹੀਂ ਕੀਤੀ ਜਿੱਥੇ ਉਹ ਉੜਿੱਕਾ ਪਾਵੇ ਸਰਕਾਰ ਦੇ ਕੰਮ ਜਾਂ ਪੁਲਿਸ ਦੇ ਕੰਮ 'ਚ, ਹਮੇਸ਼ਾ ਉਹ ਕੋਪਰੇਟ ਕਰਦੇ ਆ। ਅਤੇ ਕਈ ਥਾਵਾਂ 'ਤੇ, ਇੱਕ ਨਹੀਂ ਇਹ ਸੁਲਤਾਨਪੁਰ ਲੋਧੀ ਵਿੱਚ ਤਾਂ ਇੱਕ ਘਟਨਾ ਬੜੀ ਨਿੰਦਣਯੋਗ ਵਾਪਰੀ ਹੈਗੀ ਆ, ਹੋਰ ਵੀ ਥਾਵਾਂ 'ਤੇ ਪੰਜਾਬ ਦੇ ਵਿੱਚ ਹਮੇਸ਼ਾ ਜਿਹੜਾ ਰਵੱਈਆ ਖਾਸ ਕਰਕੇ ਬੋਲਣ ਦਾ ਰਵੱਈਆ ਐਡਾ ਰੁੱਖਾ ਹੈਗਾ ਜਿਹੜਾ ਕਿ ਇਹ ਸੂਟ ਨਹੀਂ ਕਰਦਾ, ਜਦੋਂ ਕਿ ਦੋਵੇਂ ਤਰ੍ਹਾਂ ਦੀ ਜ਼ਿੰਮੇਵਾਰੀ ਹੁੰਦੀ ਆ, ਕੰਮ ਕਰਨ ਦੀ ਹੁੰਦੀ ਆ, ਬੜਾ ਸੰਵੇਦਨਸ਼ੀਲ ਉਹ ਸਮਾਂ ਹੁੰਦਾ ਅਤੇ ਪੱਤਰਕਾਰ ਦੀ ਜ਼ਿੰਮੇਵਾਰੀ ਤਾਂ ਵੀ ਜ਼ਿਆਦਾ ਹੁੰਦੀ ਹੈ ਕਿਉਂਕਿ ਉਹਨੇ ਲੱਖਾਂ ਕਰੋੜਾਂ ਬੰਦਿਆਂ ਨੂੰ ਸੂਚਨਾ ਦੇਣੀ ਹੁੰਦੀ ਆ ਜਿਹੜੀ ਕਿ ਸਹੀ ਜਾਵੇ, ਕਿਉਂਕਿ ਪੱਤਰਕਾਰ ਦੇ ਉੱਤੇ ਇਹ ਵੱਡੀ ਜ਼ਿੰਮੇਵਾਰੀ ਹੁੰਦੀ ਆ। ਉਸੇ ਜ਼ਿੰਮੇਵਾਰੀ ਨੂੰ ਚਰਨਜੀਤ ਸਿੰਘ ਜਿਹੜਾ ਹੈਗਾ ਉਹ ਨਿਭਾ ਰਿਹਾ ਸੀ ਅਤੇ ਤੁਸੀਂ ਦੇਖੋ ਬਲਵਿੰਦਰ ਸਿੰਘ ਜਿਹੜਾ ਉਹਨਾਂ ਦਾ ਕੈਮਰਾਮੈਨ ਸੀ ਉਹਦੇ 'ਤੇ ਕਿੱਡੀ ਬੇਰਹਿਮੀ ਨਾਲ ਲੋਹੇ ਦੀ ਰਾਡ ਨਾਲ ਹਮਲਾ ਕੀਤਾ ਗਿਆ ਅਤੇ ਉਸ ਕੈਮਰਾਮੈਨ ਦੇ ਹੱਥ ਦੀਆਂ ਦੋ ਉਂਗਲਾਂ ਟੁੱਟ ਗਈਆਂ। ਦੱਸੋ ਇਹ ਕਿੱਥੋਂ ਦਾ ਜਾਣੀ ਕਿ ਕਾਨੂੰਨ ਹੈਗਾ ਜਿਹੜਾ ਤੁਸੀਂ ਇੰਨੀ ਬੇਰਹਿਮੀ ਨਾਲ, ਉਹ ਕੋਈ ਕ੍ਰਿਮੀਨਲ ਨਹੀਂ ਸੀਗੇ, ਉਹ ਆਪਣਾ ਕੰਮ ਕਰ ਰਹੇ ਸੀ, ਫਿਰ ਉਹਨਾਂ ਦਾ ਮੋਬਾਈਲ ਜਿਹੜਾ ਉਹ ਕੀ ਨਾਮ ਹੈ, ਕੀ ਪੂਰਾ ਮਾਮਲਾ ਅਤੇ ਕੀ ਹੁਣ ਤੱਕ ਜਿਹੜੀ ਉਹ ਕਾਰਵਾਈ ਹੋਈ ਹੈ? ਜਿਸ ਦਿਨ ਗੁਰਦੁਆਰਾ ਬੇਰ ਸਾਹਿਬ ਦੇ ਸਾਹਮਣੇ ਜੋ ਅਕਾਲ ਬੰਗਾ ਸਾਹਿਬ ਗੁਰਦੁਆਰਾ ਉਹਦੇ ਉੱਤੇ ਜਦੋਂ ਪੁਲਿਸ ਨੇ ਜਿਹੜੀ ਗੋਲੀਬਾਰੀ ਕਰ ਰਹੀ ਸੀ ਉਸਦੀ ਅਸੀਂ ਕਵਰੇਜ ਕਰ ਰਹੇ ਸੀਗੇ, ਸੱਚ ਲੋਕਾਂ ਤੱਕ ਨਾ ਜਾਵੇ ਉਸ ਨੂੰ ਰੋਕਣ ਲਈ ਜਿਹੜਾ ਮੈਂ ਜਰਨਲਿਸਟ ਹਾਂ, ਮੇਰੇ 'ਤੇ ਜਿਹੜੀ ਉਹ ਕਾਰਵਾਈ ਕੀਤੀ ਗਈ ਪੁਲਿਸ ਵੱਲੋਂ, ਲਾਠੀਚਾਰਜ ਕੀਤਾ ਗਿਆ ਔਰ ਮੇਰੇ ਕੰਨ ਦਾ ਜਿਹੜਾ ਪਰਦਾ ਫਟ ਗਿਆ, ਜੋ ਕਿ ਪੁਲਿਸ ਨੇ ਸ਼ਰੇਆਮ ਜਿਹੜੀ ਉੱਥੇ ਪੱਤਰਕਾਰਾਂ 'ਤੇ ਜਿਹੜੀ ਗੁੰਡਾਗਰਦੀ ਦਿਖਾਈ ਆ
ਜਿਹੜੀ ਕਿ ਲੋਕਾਂ ਨੂੰ ਅਸੀਂ ਸੱਚ ਦਿਖਾਉਂਦੇ ਹਾਂ ਕਿ ਪੁਲਿਸ ਕਿੰਨੀ ਗੁੰਡਾਗਰਦੀ ਕਰਦੀ ਹੈ, ਗੁਰਦੁਆਰੇ ਦੇ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਗ ਔਰ ਨਿਹੰਗ ਸਿੰਘਾਂ ਵੱਲੋਂ ਵੀ ਫਾਇਰਿੰਗ ਕੀਤੀ ਗਈ, ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਗਈ ਜੋ ਕਿ ਬਿਲਕੁਲ ਪੁਲਿਸ ਝੂਠ ਬੋਲ ਰਹੀ ਹੈ ਕਿ ਅਸੀਂ ਫਾਇਰਿੰਗ ਨਹੀਂ ਕੀਤੀ। ਉਸ ਦੀ ਜਿਹੜੀ ਕਵਰੇਜ ਸੀ ਉਸ ਨੂੰ ਰੋਕਣ ਲਈ ਜਿਹੜੀ ਪੁਲਿਸ ਨੇ ਸਾਡੇ 'ਤੇ ਜਿਹੜੀ ਗੁੰਡਾਗਰਦੀ ਕੀਤੀ ਆ ਉਸ 'ਤੇ ਅੱਗੇ ਵਾਸਤੇ ਮੈਂ ਦੱਸ ਦੂੰਗਾ ਪੁਲਿਸ ਨੂੰ ਕਿ ਹਾਂ ਵੀ ਜੇਕਰ ਅੱਗੇ ਵਾਸਤੇ ਪੁਲਿਸ ਕਦੇ ਵੀ ਕਿਸੇ ਪੱਤਰਕਾਰ 'ਤੇ ਹੱਥ ਲਾਵੇ ਜਾਂ ਮਤਲਬ ਮੇਰੇ ਕੈਮਰਾਮੈਨ ਦੀਆਂ ਦੋਵੇਂ ਉਂਗਲਾਂ ਤੋੜ ਦਿੱਤੀਆਂ ਔਰ ਮੇਰਾ ਜਿਹੜਾ ਕੰਨ ਦਾ ਪਰਦਾ ਫਟ ਗਿਆ ਔਰ ਇਸ ਚੀਜ਼ ਦੀ ਉਹਦੇ ਉੱਤੇ ਕਾਰਵਾਈ ਕਰਾਉਣੀ ਆ। ਜਿਹੜੇ ਜਿਹੜੇ ਬੰਦਿਆਂ ਨੇ ਮੇਰੇ ਦੇ ਉੱਤੇ ਹਮਲਾ ਕੀਤਾ ਮੇਰੇ ਕੈਮਰਾਮੈਨ ਦੇ ਉੱਤੇ ਉਸ ਨੂੰ ਜਦੋਂ ਮੈਂ ਛਡਾਉਣ ਗਿਆ ਆਈਡੀ ਚੱਕਣ ਗਿਆ ਤਾਂ ਮੇਰੇ ਕੰਨ ਦਾ ਜਿਹੜਾ ਪਰਦਾ ਫਟ ਗਿਆ, ਮੇਰੇ ਨਾਲ ਧੱਕਾ ਮੁੱਕੀ ਹੋਈ ਔਰ ਮੇਰੇ ਮਤਲਬ ਜਿਹੜੀ ਸੱਟ ਲੱਗੀ। ਪਰ ਇਸ ਚੀਜ਼ ਦੇ ਨਾਲ ਜਿਹੜੇ ਪੰਜਾਬ ਸਰਕਾਰ ਅਤੇ ਗ੍ਰਹਿ ਮੰਤਰੀ ਜਿਹੜੇ ਆ, ਗ੍ਰਹਿ ਮੰਤਰਾਲਾ ਵਾ ਅਤੇ ਔਰ ਰਾਜਪਾਲ ਸਾਹਿਬ ਜਿਹੜੇ ਜ਼ਰੂਰ ਇਸ ਚੀਜ਼ ਦੇ ਵਿੱਚ ਦਖਲ ਦੇਣ ਤਾਂ ਕਿ ਜਿਸ ਤਰ੍ਹਾਂ ਦੀ ਪੱਤਰਕਾਰਾਂ ਦੇ ਨਾਲ ਗੁੰਡਾਗਰਦੀ ਪੁਲਿਸ ਸ਼ਰੇਆਮ ਕਰ ਰਹੀ ਆ ਤਾਂ ਉਸ ਤਰ੍ਹਾਂ ਦਾ ਜਿਹੜੇ ਆ ਉਸ ਉਹਨਾਂ ਨੂੰ ਇਨਸਾਫ਼ ਵੀ ਮਿਲਣਾ ਚਾਹੀਦਾ ਵਾ ਕਿ ਮੈਂ ਟੈਕੇ ਨੇ ਬੈਠੂੰਗਾ ਚਾਹੇ ਮੈਨੂੰ 6 ਮਹੀਨੇ ਲੱਗ ਜਾਣ ਇਸ ਲਈ, ਕਿਉਂਕਿ ਪੁਲਿਸ ਦੇ ਉੱਤੇ ਜਿਹੜੀ ਆ ਕਾਰਵਾਈ ਕਰਾਉਣੀ ਬਹੁਤ ਔਖੀ ਹੁੰਦੀ ਕਿਉਂਕਿ ਪੁਲਿਸ ਜਿਹੜੀ ਖੁਦ ਇਨਵੋਲਵ ਹੁੰਦੀ ਆ। ਲੋਕਲ ਪ੍ਰਸ਼ਾਸਨ ਦੀ ਗਲਤੀ ਕਾਰਨ ਜਿਹੜਾ ਵਾ ਉਹ ਉੱਥੇ ਇੱਕ ਤਾਂ ਪੁਲਿਸ ਮੁਲਾਜ਼ਮ ਮਰ ਗਿਆ, ਦੂਜੇ ਪਾਸੇ ਜਿਹੜੀ ਇੰਨਾ ਰੌਲਾ ਰੱਪਾ ਪਿਆ, ਮੇਲਾ ਖਰਾਬ ਹੋਇਆ, 554 ਸਾਲ 'ਤੇ ਜਿਹੜਾ ਵਾ ਪ੍ਰਕਾਸ਼ ਪੁਰਬ ਦਾ ਜਿਹੜਾ ਮਨਾ ਰਹੇ ਸੀਗੇ ਉਸ ਦੇ ਵਿੱਚ ਲੱਖਾਂ ਸ਼ਰਧਾਲੂ ਜਿਹੜੇ ਦੇਸ਼ ਦੇਸ਼ ਤੋਂ ਆਉਣੇ ਸੀਗੇ ਉਹਦੇ ਵਿੱਚ ਜਿਹੜੇ ਆ ਉਹਨਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਕਿ ਸੁਲਤਾਨਪੁਰ ਲੋਧੀ ਦੇ ਵਿੱਚ ਜਿਹੜੀ ਆ ਉਹ ਗੋਲੀ ਚੱਲੀ। ਇਹ ਬੈਠ ਕੇ ਬਾਅਦ ਦੇ ਵਿੱਚ ਵੀ ਇਹ ਫੈਸਲਾ ਹੋਇਆ, ਇਹ ਪਹਿਲਾਂ ਵੀ ਹੋ ਸਕਦਾ ਸੀਗਾ। ਉਸ ਨੂੰ ਕਵਰੇਜ ਨੂੰ ਰੋਕਣ ਲਈ ਜਿਹੜੇ ਸਾਡੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਪੁਲਿਸ ਵੱਲੋਂ ਔਰ ਜਿਹੜੀ ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ, ਇਹ ਇਸ ਦੀ ਅਸੀਂ ਕਾਰਵਾਈ ਕਰਵਾ ਕੇ ਹਟਾਂਗੇ। ਸਾਡੇ ਵੱਲੋਂ ਜਿਹੜੀ ਆ ਪੱਤਰਕਾਰ ਭਾਈਚਾਰੇ ਵੱਲੋਂ ਇਸ ਦੇ ਉੱਤੇ ਜਿਹੜਾ ਵਾ ਰੋਸ ਪ੍ਰਦਰਸ਼ਨ ਵੀ ਕਰਾਂਗੇ ਔਰ ਧਰਨੇ ਵੀ ਲਾਵਾਂਗੇ ਅਤੇ ਔਰ ਜਲਦ ਤੋਂ ਜਲਦ ਜਿਹੜੀ ਕਾਰਵਾਈ ਕਰਾ ਕੇ ਹਟਾਂਗੇ। ਜਿੰਨਾ ਮਰਜ਼ੀ ਜ਼ੋਰ ਲਾ ਲਵੇ ਪ੍ਰਸ਼ਾਸਨ ਕਿ ਅਸੀਂ ਉਹਦੇ 'ਤੇ ਪਰਚਾ ਦਰਜ ਨਹੀਂ ਕਰਨਾ, ਪਰਚਾ ਦਰਜ ਕਰਾ ਕੇ ਹੀ ਰਵਾਂਗੇ। ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਕੋਈ ਤੁਹਾਡੀ ਸਾਰ ਲੈਣ ਵਾਸਤੇ ਉਸ ਤੋਂ? ਨਹੀਂ, ਸਾਰ ਲੈਣ ਲਈ ਆਏ ਹੋਸਪਿਟਲ ਦੇ ਵਿੱਚ ਤਾਂ ਕੋਈ ਨਹੀਂ ਹਜੇ ਪਹੁੰਚੇ, ਕਿਉਂਕਿ ਦੇਖੋ ਉਹਨਾਂ ਦੇ ਉੱਤੇ ਕਾਰਵਾਈ ਕਰਾਉਣ ਲਈ ਉਹ ਤਾਂ ਪਤਾ ਲੈਣ ਤਾਂ ਨਹੀਂ ਪਹੁੰਚਣਗੇ। ਉਸ ਦਿਨ 15 ਵਾਰੀ ਘੱਟੋ ਘੱਟ SSP ਸਾਹਿਬ ਨੂੰ ਮੈਂ ਕਿਹਾ ਗਾ, ਹਾਂਜੀ DIG ਨੂੰ ਸਾਹਿਬ ਨੂੰ ਕਿਹਾ ਕਿ ਹਾਂ ਵੀ ਮੈਂ ਸਾਡਾ ਮੋਬਾਈਲ ਜਿਹੜਾ ਸਾਨੂੰ ਵਾਪਸ ਦਿੱਤਾ ਜਾਵੇ ਔਰ ਜਿਹੜੀ ਅਸੀਂ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੇ। ਪਰ ਅਸੀਂ ਇਸ ਕਰਕੇ ਕਾਰਵਾਈ ਨਹੀਂ ਕਰਨਾ ਚਾਹੁੰਦੇ ਸੀ ਕਿਉਂਕਿ ਇੱਕ ਨੌਜਵਾਨ ਜਿਹੜਾ ਸ਼ਹੀਦ ਹੋ ਗਿਆ ਹੋਮਗਾਰਡ ਦਾ, ਜਿਸਦਾ ਕਿ ਇਸ ਕਰਕੇ ਅਸੀਂ ਇਸ ਨੂੰ ਇਸ਼ੂ ਨਹੀਂ ਬਣਾਉਣਾ ਚਾਹੁੰਦੇ ਸੀ। ਹੁਣ ਮਾਹੌਲ ਸ਼ਾਂਤ ਹੋ ਗਿਆ, ਉਸ ਤੋਂ ਬਾਅਦ ਸਾਡਾ MLR ਜਿਹੜੀ ਕੱਟੀ ਗਈ ਆ, ਮੇਰੇ ਕੈਮਰਾਮੈਨ ਦੀ ਵੀ ਕੱਟੀ ਗਈ ਆ, ਮੇਰੀ ਵੀ ਕੱਟੀ ਗਈ ਆ ਔਰ ਇਸਦਾ ਜਿਹੜਾ ਵਾ ਜਿਹੜੀ ਕਾਨੂੰਨੀ ਕਾਰਵਾਈ ਅਸੀਂ ਕਰਕੇ ਰਵਾਂਗੇ। ਜਿੰਨਾ ਮਰਜ਼ੀ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰ ਲੈਣ, ਜੋ ਮਰਜ਼ੀ ਕਰ ਲੈਣ, ਇਸ ਚੀਜ਼ ਦੇ ਉੱਤੇ ਅਸੀਂ ਕਰ ਲਈ। ਟ੍ਰੀਟਮੈਂਟ ਚੱਲ ਰਿਹਾ ਹੁਣ ਤੁਹਾਡਾ ਲਗਾਤਾਰ? ਟ੍ਰੀਟਮੈਂਟ ਜਿਹੜਾ ਮੇਰਾ ਲਗਾਤਾਰ ਚੱਲ ਰਿਹਾ ਵਾ ਔਰ ਜਿਹੜਾ ਕੰਨ ਦਾ ਪਰਦਾ ਫਟਿਆ ਵਾ ਉਸਦਾ ਜਿਹੜਾ ਟ੍ਰੀਟਮੈਂਟ ਚੱਲ ਰਿਹਾ ਵਾ ਔਰ ਮੈਡੀਕਲ ਜਿਹੜਾ ਅੰਮ੍ਰਿਤਸਰ ਵੀ ਸ਼ਾਇਦ ਮੈਨੂੰ ਚੈੱਕਅਪ ਕਰਵਾਉਣ ਲਈ ਜਾਣਾ ਪਵੇ। ਅਤੇ ਕੈਮਰਾਮੈਨ ਦੀ ਹਾਲਤ ਇਸ ਟਾਈਮ? ਕੈਮਰਾਮੈਨ ਦਾ ਜਿਹੜਾ ਆਪਰੇਸ਼ਨ ਹੋ ਰਿਹਾ ਇਸ ਟਾਈਮ, 2 ਉਂਗਲਾਂ ਦੀਆਂ ਜਿਹੜੀਆਂ ਟੁੱਟ ਗਈਆਂ ਵਾ ਅਤੇ ਉਹਦੀਆਂ ਜਿਹੜਾ ਆਪਰੇਸ਼ਨ ਜਿਹੜਾ ਕੀਤਾ ਜਾ ਰਿਹਾ ਵਾ। ਠੀਕ ਹੈ, ਕੋਈ ਐਕਸ਼ਨ ਕਰਨ ਜਾ ਰਹੇ ਹੋ ਹੁਣ ਪ੍ਰਸ਼ਾਸਨ ਦੇ ਉੱਤੇ ਇਸ ਵਕਤ? ਮੈਂ ਦੇਖੋ ਪ੍ਰਸ਼ਾਸਨ ਦੇ ਉੱਤੇ ਸਾਨੂੰ ਪਤਾ ਵਾ ਕਿ ਹਾਂ ਵੀ ਇਹ ਜਿਹੜਾ ਗੁੰਡਾਗਰਦੀ ਜਿਹੜੀ ਪੁਲਿਸ ਸ਼ਰੇਆਮ ਕਰਦੀ ਆ, ਜੇਕਰ ਇਹ ਪੱਤਰਕਾਰਾਂ 'ਤੇ ਪੁਲਿਸ ਸ਼ਰੇਆਮ ਗੁੰਡਾਗਰਦੀ ਕਰਦੀ ਤਾਂ ਲੋਕਾਂ 'ਤੇ ਕੀ ਗੱਲ ਕੀਤਾ ਉਹ ਕਰਦੀ ਹੋਊਗੀ ਔਰ ਇਸ ਚੀਜ਼ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਲੋਕਾਂ ਦੀ ਆਵਾਜ਼ ਜੇਕਰ ਅਸੀਂ ਸਰਕਾਰਾਂ ਤੱਕ, ਪ੍ਰਸ਼ਾਸਨ ਤੱਕ, ਕੋਟਾਂ ਤੱਕ ਪਹੁੰਚਾ ਸਕਦੇ ਹਾਂ ਤਾਂ ਅਸੀਂ, ਸਾਡੀ ਆਵਾਜ਼ ਜੇਕਰ ਦੱਬੀ ਰਹਿ ਗਈ ਇਸ ਵਿੱਚ, ਅਸੀਂ ਆਪਣੀ ਸ਼ਰਮ ਦੇ ਮਾਰੇ ਜੇਕਰ ਅਸੀਂ ਇਹ ਚੀਜ਼ ਮੁੱਦਾ ਚੱਕਾਂਗੇ ਨਾ ਕਿ ਹਾਂ ਵੀ ਸਾਡੇ ਨਾਲ ਪੁਲਿਸ ਨੇ ਧੱਕਾ ਕੀਤਾ, ਅਸੀਂ ਮਤਲਬ ਲੋਕਾਂ ਦੇ ਵਿੱਚ ਆਪਦੀ ਆਵਾਜ਼ ਨਾ ਲਿਜਾਈਏ ਅਤੇ ਇਸ ਲਈ ਸਾਡੀ ਸ਼ਰਮਸਾਰ ਹੋਊਗੀ। ਕਿਸੇ ਨਾ ਕਿਸੇ ਨੂੰ ਤਾਂ ਅੱਗੇ ਆਉਣਾ ਹੀ ਪੈਣਾ ਵਾ, ਜੇਕਰ ਪੱਤਰ ਨਹੀਂ ਤਾਂ ਕੱਲ੍ਹ ਨੂੰ, ਅੱਜ ਮੇਰੀ ਵਾਰੀ ਆਈ ਆ, ਕੱਲ੍ਹ ਨੂੰ ਕਿਸੇ ਹੋਰ ਪੱਤਰਕਾਰ ਦੇ ਉੱਤੇ ਵੀ ਲਾਠੀਚਾਰਜ ਹੋਊਗਾ, ਕਿਸੇ ਹੋਰ ਪੱਤਰਕਾਰ ਦੀ ਵੀ ID ਖੋਈ ਜਾਊਗੀ ਹੋਰ ਵੀ, ਔਰ ਖੁੰਦੇ ਆਏ ਆ ਇਹ ਇੱਕ ਪੱਤਰਕਾਰ ਨਾਲ ਨਹੀਂ ਹੁੰਦਾ ਵਾ, ਪਰ ਇਹ ਆ ਕਿ ਪੱਤਰਕਾਰਾਂ ਦੇ ਵਿੱਚ ਥੋੜ੍ਹੀ ਜਿਹੀ ਸ਼ਰਮ ਹੁੰਦੀ ਆ ਕਿ ਐਡਾ ਤਕੜਾ ਮਤਲਬ ਲੋਕਾਂ ਦਾ ਜਿਹੜਾ ਮੁੱਦਾ ਵਾ ਉੱਥੋਂ ਤੱਕ ਅਸੀਂ ਪਹੁੰਚਾਉਂਦੇ ਹਾਂ। ਜੇਕਰ ਪੱਤਰਕਾਰ ਹੀ ਨਹੀਂ ਸੇਫ ਤਾਂ ਆਮ ਲੋਕਾਂ ਦਾ ਕੀ ਬਣੇਗਾ? ਬਿਲਕੁਲ।